ਸਰੀ ਆਰਸੀਐਮਪੀ ਮੁਤਾਬਕ ਪਿਛਲੇ ਮਹੀਨੇ ਇੱਕ ਔਰਤ ਦੁਆਰਾ ਨਿਊਟਨ ਇਲਾਕੇ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਕੋਈ ਵਿਅਕਤੀ ਅਣਜਾਣ ਜੋ ਸੀ ਉਸਦੇ ਘਰ ਵਿੱਚ ਦਾਖਲ ਹੋਇਆ ਅਤੇ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ 24 ਸਾਲਾ ਜਤਿੰਦਰ ਸਿੰਘ ਨੂੰ 16 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਉੱਪਰ ਬ੍ਰੇਕ ਐਂਡ ਐਂਟਰ ਅਤੇ ਸੈਕਸੁਅਲ ਅਸੌਲਟ ਦੇ ਦੋਸ਼ ਲਗਾਏ ਗਏ ਸਨ, ਜਿਸ ਨੂੰ ਸ਼ਰਤਾਂ ਨਾਲ ਅਦਾਲਤ ਵੱਲੋਂ ਰਿਹਾਅ ਕੀਤਾ ਗਿਆ, ਜਿਸ ਵਿੱਚ ਪੀੜਤ ਨਾਲ ਸੰਪਰਕ ਨਾ ਕਰਨਾ, ਪੀੜਤ ਜਿੱਥੇ ਕੰਮ ਕਰਦੀ ਹੈ, ਪੜ੍ਹਦੀ ਹੈ ਜਾਂ ਧਾਰਮਿਕ ਸਥਾਨ ਉੱਪਰ ਜਾਂਦੀ ਹੈ ਜਾਂ ਉਸ ਦੀ ਰਿਹਾਇਸ਼ 'ਤੇ 50 ਮੀਟਰ ਦੇ ਘੇਰੇ ਤੋਂ ਦੂਰ ਰਹਿਣ ਦੇ ਆਦੇਸ਼ ਦਿੱਤੇ ਗਏ ਨੇ। ਅਧਿਕਾਰੀਆਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਸਰੀ ਆਰਸੀਐਮਪੀ ਦੀ ਸਪੈਸ਼ਲ ਵਿਕਟਮਸ ਯੂਨਿਟ ਦੇ ਨਾਲ 604-599-0502 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। ਕਾਬਲੇ ਗੌਰ ਹੈ ਕਿ ਇਹ ਮਾਮਲਾ 20 ਜੁਲਾਈ ਨੂੰ ਸਵੇਰੇ 3:15 ਦਾ ਹੈ, ਜਿੱਥੇ ਇੱਕ ਔਰਤ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਇੱਕ ਵਿਅਕਤੀ ਜੋ ਕਿ ਅਣਜਾਣ ਸੀ ਉਸਦੇ ਘਰ ਵਿੱਚ ਦਾਖਲ ਹੋਇਆ ਅਤੇ ਉਸ ਨਾਲ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਔਰਤ ਵੱਲੋਂ ਚੀਕਾਂ ਮਾਰੀਆਂ ਗਈਆਂ ਤਾਂ ਉਹ ਉੱਥੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਅਤੇ ਕੁਝ ਹੋਰ ਤੱਥਾਂ ਨੂੰ ਖੰਗਾਲਣ ਦੇ ਲਈ ਪਬਲਿਕ ਦੀ ਸਹਾਇਤਾ ਵੀ ਮੰਗੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਿਛਲੇ ਸਮੇਂ ਦੌਰਾਨ ਸਟੂਡੈਂਟਸ ਦੇ ਲਈ ਐਜੂਕੇਸ਼ਨ ਅਦਾਰਿਆਂ 'ਚ ਰਹਿਣ ਦਾ ਪ੍ਰਬੰਧ ਹੋਵੇ, ਇਹ ਮੁੱਦਾ ਕਾਫੀ ਚਰਚਾ ਦੇ ਵਿੱਚ ਰਿਹਾ, ਕਿਉਂਕਿ ਪ੍ਰੋਵਿੰਸ ਦੇ ਵਿੱਚ ਜਿਸ ਢੰਗ ਦਾ ਹਾਊਸਿੰਗ ਸੰਕਟ ਹੈ ਉਹਦੇ ਚੱਲਦਿਆਂ ਇਹ ਗੱਲਬਾਤ ਕਾਫੀ ਸਾਹਮਣੇ ਆਈ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਵੱਡੀ ਗਿਣਤੀ ਹੈ ਅਤੇ ਜੇਕਰ ਐਜੂਕੇਸ਼ਨ ਇੰਸਟੀਚਿਊਟਸ ਦੇ ਵਿੱਚ ਹੀ ਉਹਨਾਂ ਦਾ ਰਹਿਣ ਦਾ ਪ੍ਰਬੰਧ ਹੋਵੇ ਤਾਂ ਇਸ ਸਮੱਸਿਆ ਨੂੰ ਕੁਝ ਹੱਦ ਤੱਕ ਹੱਲ ਕੀਤਾ ਜਾ ਸਕਦਾ ਹੈ। ਉਸੇ ਸਮੇਂ ਦੌਰਾਨ BC ਦੀ ਸਰਕਾਰ ਅਤੇ ਪ੍ਰੀਮੀਅਰ ਡੇਵਿਡ ਈਬੀ ਹੋਰਾਂ ਦੇ ਵੱਲੋਂ ਅਨਾਊਂਸਮੈਂਟ ਕੀਤੀ ਗਈ ਸੀ ਕਿ ਐਜੂਕੇਸ਼ਨ ਅਦਾਰਿਆਂ ਨੂੰ ਫੰਡਿੰਗ ਅਦਾ ਕੀਤੀ ਜਾਏਗੀ ਤਾਂ ਜੋ ਉਹ ਸਟੂਡੈਂਟਸ ਦੇ ਲਈ ਰਿਹਾਇਸ਼ ਦਾ ਪ੍ਰਬੰਧ ਕਰ ਸਕਣ। ਪ੍ਰੀਮੀਅਰ ਡੇਵਿਡ ਈਬੀ ਵੱਲੋਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ 'ਚ 1508 ਬੈਡਸ ਸਟੂਡੈਂਟ ਹਾਊਸਿੰਗ ਪ੍ਰੋਜੈਕਟ ਦੇ ਵਿੱਚ ਐਡ ਆਨ ਕਰਨ ਦੀ ਗੱਲ ਕੀਤੀ ਗਈ ਹੈ, ਜਿਸ ਉੱਪਰ $300 ਮਿਲੀਅਨ ਦਾ ਖਰਚ ਆਏਗਾ। ਈਬੀ ਦਾ ਕਹਿਣਾ ਹੈ ਕਿ ਸੂਬਾ ਅਤੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਸੰਸਥਾ ਦੇ ਪੁਆਇੰਟ ਗ੍ਰੇਅਰ ਕੈਂਪਸ ਵਿੱਚ 1500 ਤੋਂ ਵੱਧ ਵਿਦਿਆਰਥੀਆਂ ਲਈ ਰਿਹਾਇਸ਼ ਬਣਾਉਣ ਵਾਸਤੇ ਇਹ ਭਾਈਵਾਲੀ ਕੀਤੀ ਗਈ ਹੈ। ਈਬੀ ਮੁਤਾਬਕ ਇਸ ਫੰਡਿੰਗ ਵਿੱਚ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ $300 ਮਿਲੀਅਨ ਦਿੱਤੇ ਜਾਣਗੇ ਅਤੇ ਦੂਜੇ ਪਾਸੇ ਯੂਨੀਵਰਸਿਟੀ ਵੱਲੋਂ $250 ਮਿਲੀਅਨ ਦਾ ਯੋਗਦਾਨ ਪਾਇਆ ਜਾਏਗਾ। 1508 ਬੈਡਸ ਵਾਲੇ ਇਸ ਪ੍ਰੋਜੈਕਟ ਵਿੱਚ 8 ਤੋਂ 18 ਮੰਜ਼ਿਲਾਂ ਤੱਕ ਦੀਆਂ 5 ਇਮਾਰਤਾਂ ਸ਼ਾਮਲ ਹੋਣਗੀਆਂ। ਜ਼ਿਕਰਯੋਗ ਹੈ ਕਿ ਇਸ ਇਮਾਰਤ ਦਾ ਨਿਰਮਾਣ 2026 'ਚ ਸ਼ੁਰੂ ਹੋਏਗਾ ਅਤੇ 2028 'ਚ ਸਟੂਡੈਂਟਸ ਦੇ ਰਹਿਣ ਦੇ ਲਈ ਉਪਲਬਧ ਹੋਏਗੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਾਊਸਿੰਗ ਸੰਕਟ ਨੂੰ ਦੂਰ ਕਰਨ ਦੇ ਲਈ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਕਈ ਪ੍ਰਕਾਰ ਦੇ ਪ੍ਰੋਗਰਾਮ ਲਿਆਂਦੇ ਗਏ ਆ, ਜਿਸ ਵਿੱਚ BC ਬਿਲਡ ਕਾਫੀ ਅਹਿਮ ਸੀ, ਜਿਸ ਦੇ ਰਾਹੀਂ ਸਰਕਾਰ ਦੇ ਵੱਲੋਂ $2 ਬਿਲੀਅਨ ਦੀ ਇਨਵੈਸਟਮੈਂਟ ਦੀ ਗੱਲ ਆਖੀ ਗਈ ਸੀ। ਇਸ ਤਹਿਤ ਗਵਰਨਮੈਂਟ ਆਖ ਰਹੀ ਸੀ ਕਿ ਇਹਦੇ ਨਾਲ ਹਾਊਸਿੰਗ ਸਪਲਾਈ ਵਧੇਗੀ, ਖਾਸ ਕਰਕੇ ਰੈਂਟਲ ਯੂਨਿਟਸ ਦੀ ਗਿਣਤੀ 'ਚ ਵਾਧਾ ਕੀਤਾ ਜਾਏਗਾ। ਦੂਜੇ ਪਾਸੇ ਐਜੂਕੇਸ਼ਨ ਅਦਾਰਿਆਂ, ਖਾਸ ਕਰ UBC ਦੇ ਵਿੱਚ ਜੋ ਸਟੂਡੈਂਟਸ ਪੜ੍ਹਦੇ ਨੇ, ਉਹਨਾਂ ਦੇ ਰਹਿਣ ਦਾ ਪ੍ਰਬੰਧ UBC ਦੇ ਵੱਖ ਵੱਖ ਕੈਂਪਸ ਦੇ ਵਿੱਚ ਹੋਵੇ, ਉਸ ਪਾਸੇ ਵੱਲ ਵੀ ਸਰਕਾਰ ਵੱਲੋਂ ਧਿਆਨ ਕੇਂਦਰਿਤ ਕੀਤਾ ਗਿਆ ਅਤੇ ਉਸ ਦੀ ਸ਼ੁਰੂਆਤ ਪ੍ਰੀਮੀਅਰ ਡੇਵਿਡ ਈਬੀ ਦੇ ਵੱਲੋਂ ਅੱਜ ਇਸ ਅਨਾਊਂਸਮੈਂਟ ਦੇ ਨਾਲ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਟੂਡੈਂਟਸ ਦੇ ਲਈ ਹੋਰ ਰਿਹਾਇਸ਼ਾਂ ਦਾ ਪ੍ਰਬੰਧ ਕਰਨ ਦਾ ਵਾਅਦਾ ਵੀ ਸਰਕਾਰ ਨੇ ਕੀਤਾ ਗਿਆ। ਇਸ ਦੇ ਲਈ ਐਜੂਕੇਸ਼ਨ ਇੰਸਟੀਚਿਊਟਸ ਦੇ ਨਾਲ ਭਾਈਵਾਲੀ ਕੀਤੀ ਜਾਏਗੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।